ਦੇਖੋ ਗਾਈ ਜ, ਗਾਵਾਂ ਚ 90% ਲੋਕ ਕਰੀ ਤਾਂ ਆਪੂ ਚੀਏ ਤਾਂ ਹੀ ਨੀ ਬਣਦੀ, ਕਿਉਂਕਿ ਤੇ ਮੈਂ ਜੋ ਚੇਲੇ ਬੋਲੀ ਰਹਾਂ ਵੀ ਤੇਰੇ ਆਪਣੇ ਆਏ ਤੀਜੋ ਕਰਨੇ ਵਾਲੇ, ਤੇਰੇ ਆਸ ਪੜੋਸ ਸਾਰੇ ਆਏ ਔਰ ਤੀਜੋ ਬਚਪਨਾ ਚ ਖੁਆਈ ਤਰਾ ਸੰਝ ਕਾ ਖਾ ਦੀਰਾ ਬਿਆਗਾ ਨਿਕਲੀਆਂ, ਲੇਕਿਨ ਸਰ ਜੇ ਬਚਪਨਾ ਚ ਖੁਆਈ ਰਹਾ ਸੀ ਅੱਜ ਤੱਕ ਉਹ ਨੀ ਨਿਕਲਿਆ, ਐਸਾ ਕਿਆ ਚੁੰਬਕ ਖੁਆਈ ਤਰਾ ਸੀ ਅੰਦਰ ਹੀ ਚਿਪਕੀ ਰਾ। ਔਰ ਅਗਰ ਜੇ ਨਾਂ ਪੁੱਛ ਲੈਣ ਤੇ ਬਈ ਕਿਨੇ ਕੀਤੀ ਰਾ ਤਾਂ ਨਾਂ ਨੀ ਦੱਸੀ ਸਕਦੇ, ਕਿਉਂਕਿ ਤੇਨਾਂ ਜੋ ਪਤਾ ਫਿਰ ਲੋਕ ਕਰੇ ਆਪੋ ਚੀਆਂ ਗੁਲੀ ਗੁਲੀ ਨੇ ਸਿਰ ਮੁੰਡ ਫਟੀਆਂ ਨੇ। ਪੂਰੀ ਉਮਰ ਬੰਦੇ ਇਹੀ ਸੋਚਦੇ ਰਹਿ ਬਈ ਪਤਾ ਨੀ ਕੋਨੇ ਜੇ ਕੀਤੀ ਰਾ, ਤਿਸ ਚੱਕਰਾਂ ਚ ਤੀਸਰੀ ਤਿੰਨਾਂ ਨੇ ਵੀ ਨੀ ਬਣਦੀ, ਤਿੰਨੇ ਜੇ ਨੀ ਵੀ ਕੀਤੀ ਰਹੂੰਗਾ ਵਿਚਾਰੇ। ਬਾਕੀ ਪੁੱਛ ਤਾਂ ਦੋਹਾਂ ਵੀ ਜ਼ਰੂਰ ਲੈ ਰਹੀ ਹੋਣੀ, ਅੜ ਤਾਂ ਮੈਨੂੰ ਪਤਾ ਜਨਾਨਾ ਇਸ ਲਪੇਟੇ ਚ ਜ਼ਰੂਰ ਆਈਆਂ, ਮਰਦ ਤਾਂ ਚਲੋ ਪ੍ਰਵਾਹ ਨੀ ਮਾਰਦੇ। ਜੋ ਬੜੀ ਲੱਗ ਰਹੀ ਹੋਈ ਪਤਾ ਨੀ ਕੋਨੇ ਜੀ ਫਲਾੜੀਆਂ ਕੀਤੀ ਰਾ, ਕੁਣੀ ਹੇੜੀ ਲੱਗ ਰਹੀ ਨਹੀਂ ਇਸ ਕੰਮਾਂ, ਬਸ ਇਹ ਪੰਛੀ ਪਾਏ ਰੱਖਣੇ ਵੀ, ਇਹ ਮੇਰਾ ਤਾਂ ਬੁਰਾ ਹੀ ਹਾਲ ਆ, ਮੇਰੇ ਤਾਂ ਜੰਗੇ ਬਾਈ ਪੀੜ ਹੀ ਨੀ ਜਾਂਦੀ, ਦੱਸਣੇ ਪਾਉਣੇ ਮੈਨੂੰ ਕਾਣਾ ਕਿਤੇ ਖਜਾਏ ਨੇ। ਔਰ ਬਸ ਫੇਰੀ ਆਸ ਪੜੋਸ ਵਾਲੇ ਨੇ ਕਿਆ ਬਣਨੀ, ਇਸੀ ਚੱਕਰਾਂ ਚ ਨੀ ਬਣਦੀ।